ਰਾਜਾ ਵੜਿੰਗ ਪਹਿਲਾਂ ਆਪਣਾ ਕਿਰਦਾਰ ਸੰਭਾਲੇ ਫਿਰ ਦੂਸਰਿਆਂ ਨੂੰ ਕੁਝ ਬੋਲੇ। ਇਹ ਕਹਿਣਾ ਸੁਖਪਾਲ ਸਿੰਘ ਖਹਿਰਾ ਦਾ। ਉਹਨਾਂ ਦਾ ਕਹਿਣਾ ਸੀ ਕਿ ਇੱਕ ਦਲਿਤ ਕੁੜੀ ਨਾਲ ਬਲਾਤਕਾਰ ਹੋਇਆ, ਪਰ ਰਾਜਾ ਵੜਿੰਗ ਦੇ ਕਾਰਨ ਅੱਜ ਤੱਕ ਉਸ ਕੁੜੀ ਨੂੰ ਇਨਸਾਫ ਨਹੀਂ ਮਿਲਿਆ। ਨਾਲ ਹੀ ਰਾਜਾ ਵੜਿੰਗ ਵੱਲੋਂ ਪੱਤਰਕਾਰ ਨਾਲ ਕੀਤੀ ਬਦਸਲੂਕੀ ਤੇ ਵੀ ਖਹਿਰਾ ਬੋਲਦੇ ਨਜ਼ਰ ਆਏ। ਨਹੀਂ, ਇਸ ਜਿੱਤ ਹਾਰ ਦਾ ਕੋਈ ਪੈਮਾਨਾ ਹੁੰਦਾ ਵਾ? ਇੰਦਰਾ ਗਾਂਧੀ ਇਹਦੀ ਜਿਹੜੀ ਮਾਤਾ, ਕਹਿੰਦਾ ਮੇਰੀ ਇੰਦਰਾ ਸੀ, ਉਹ ਵੀ ਇਲੈਕਸ਼ਨ ਹਾਰੀ ਸੀਗੀ, ਤੇ ਕੀ ਉਹਦੇ ਨਾਲ ਜਿੱਤ ਹਾਰਨਾ ਕੋਈ ਬੰਦਾ ਪਾਪੂਲਰ ਜਾਂ ਅਨਪਾਪੂਲਰ ਹੁੰਦਾ? ਕੈਪਟਨ ਅਮਰਿੰਦਰ ਸਿੰਘ 1992 ਦੇ ਵਿੱਚ ਇਹਨਾਂ ਦੀ ਖਰੜ ਤੋਂ ਜ਼ਮਾਨਤ ਜ਼ਬਤ ਹੋਈ ਹੈ, ਪਰ ਉਹ ਅੱਜ ਚੀਫ ਮਿਨਿਸਟਰ ਆ। ਇੰਨਾ ਹੰਕਾਰ ਨਹੀਂ ਕਰਨਾ ਚਾਹੀਦਾ। ਇਹ ਜਿਹੜਾ ਰਾਜਾ ਵੜਿੰਗਾ ਪਹਿਲਾਂ ਆਪਣਾ ਕਿਰਦਾਰ ਸੰਭਾਲੇ, ਇਹਨੇ ਖਿੜਕੀਆਂ ਵਾਲੇ ਪਿੰਡ ਵਿੱਚ ਇਹਦਾ ਜਿਹੜਾ ਸਰਪੰਚ ਆ ਖੁਸ਼ਵਿੰਦਰ ਸਿੰਘ, ਉਹਦੇ ਸਕੇ ਭਰਾ ਪਿੰਦਰ ਸਿੰਘ ਨੇ ਇੱਕ 14 ਸਾਲ ਦੀ ਦਲਿਤ ਲੜਕੀ ਨਾਲ ਬਲਾਤਕਾਰ ਕੀਤਾ, ਫਿਰ ਉਹਨੂੰ ਧੱਕਾ ਮਾਰ ਕੇ ਅਤੇ ਨਹਿਰ ਵਿੱਚ ਸੁੱਟਤਾ। FIR ਦਰਜ ਕਰਾਈ ਉਹਨਾਂ ਦਲਿਤਾਂ ਨੇ ਬੜਾ ਲੜ ਕੇ। FIR ਨੰਬਰ 14 25 ਜਨਵਰੀ 2019 ਨੂੰ 4 ਮਹੀਨੇ ਹੋ ਗਏ। ਰਾਜਾ ਵੜਿੰਗ ਉਹਨਾਂ ਦਲਿਤਾਂ ਦੇ ਪਰਿਵਾਰਾਂ ਨੂੰ ਇਨਸਾਫ ਨਹੀਂ ਲੈਣ ਦੇਣਾ, ਅਤੇ ਉਹ ਸਰਪੰਚ ਦੇ ਪਰਿਵਾਰ ਨੂੰ ਬਚਾ ਰਿਹਾ ਵਾ। ਉਹ ਸਾਰੇ ਚੱਲ ਕੇ ਮੇਰੇ ਕੋਲ ਆਏ ਅਤੇ ਉਹਨਾਂ ਨੇ ਸ਼ਿਕਾਇਤ ਕੀਤੀ। ਰਾਜਾ ਵੜਿੰਗ ਦੇ ਆਪਣੇ ਹਲਕੇ ਦੇ ਪਿੰਡ ਭਾਰੂ ਗਿੱਦੜਬਾਹਾ 'ਚੋਂ ਕੁਲਵੀਰ ਸਿੰਘ ਨੇ ਮੀਡੀਆ ਸਾਹਮਣੇ ਇਲਜ਼ਾਮ ਲਾਇਆ ਕਿ ਰਾਜਾ ਵੜਿੰਗ ਨੇ 6 ਕਿੱਲੇ ਜ਼ਮੀਨ ਮੇਰੇ 'ਤੇ ਕਬਜ਼ਾ ਕੀਤਾ। ਰਾਜੇ ਵੜਿੰਗ ਨੇ ਕੋਲੀਆਂ ਵਾਲਿਆਂ ਵਿੱਚ ਇੱਕ ਪੱਤਰਕਾਰ 'ਤੇ ਇਸ ਕਰਕੇ ਚਪੇੜਾਂ ਮਰਵਾਈਆਂ, ਗੁਰਸਿੱਖ ਦੇ ਪੱਗ ਲਵਾਈ, ਕਿਉਂਕਿ ਉਹਨੇ ਪੁੱਛਿਆ ਕਿ ਤੁਹਾਡੇ ਰਾਜ ਵਿੱਚ ਕੋਲਿਆਂ ਵਾਲੀ ਵਿੱਚ ਵੀ ਨਸ਼ਾ ਵਿਕਦਾ ਵਾ, ਅਤੇ ਤੁਸੀਂ ਇਸ ਗੱਲ ਨੂੰ ਤਸਦੀਕ ਕਰੋ ਕਿ ਕਿੰਨਾ ਨਸ਼ਾ ਵਿਕਦਾ, ਕੌਣ ਵੇਚਦਾ। ਇਹ ਲੋਕ ਜਿਹੜੇ ਹਲੇ MP ਬਣੇ ਵੀ ਨੇਗੇ ਅਤੇ ਲੋਕਾਂ ਨੂੰ ਕੁੱਟਦੇ ਨੇ, ਪੱਗਾਂ ਲਾਉਂਦੇ ਨੇ, ਜ਼ਮੀਨਾਂ 'ਤੇ ਕਬਜ਼ੇ ਕਰਦੇ ਨੇ ਅਤੇ ਦਲਿਤਾਂ ਦੇ ਨਾਲ ਦੁਰਵਿਵਹਾਰ ਕਰਦੇ ਨੇ। ਅਗਰ ਇਹ ਬਣ ਜਾਣਗੇ ਤਾਂ ਇਹ ਕੀ ਲੋਕਾਂ ਦੇ ਸੇਵਾ ਕਰਨਗੇ? ਅਤੇ ਇਹ ਚੁਟਕਲੇ ਸੁਣਾਉਂਦਾ ਵਾ ਕਿ ਅਸੀਂ ਸ਼ਮਸ਼ਾਨ ਘਾਟ ਇਹੋ ਜਿਹੇ ਬਣਾ ਦਿਆਂਗੇ ਕਿ 80 ਸਾਲਾਂ ਦੇ ਲੋਕਾਂ ਨੂੰ ਮਰਨ ਨੂੰ ਦਿਲ ਕਰਿਆ ਕਰੇਗਾ। ਇਹ ਮਸਲੇ ਨਹੀਂ ਗੇ ਪੰਜਾਬ ਦੇ, ਮਸਲੇ ਪੰਜਾਬ ਦੇ ਕੈਂਸਰ, ਮਸਲਾ ਬਠਿੰਡਾ ਦੀ ਲੋਕ ਸਭਾ ਦਾ ਕਿਸਾਨ ਆਤਮ ਹੱਤਿਆ, ਮਸਲਾ ਜ਼ਹਿਰੀਲਾ ਪਾਣੀ, ਮਸਲਾ ਬੇਰੁਜ਼ਗਾਰੀ, ਮਸਲਾ ਕਰਪਸ਼ਨ, ਜਿਹੜਾ ਕੋਈ ਕਾਂਗਰਸ ਦਾ ਲੀਡਰ ਵਿੱਚੇ ਰਾਜਾ ਵੜਿੰਗ ਇੱਥੇ ਪਿੰਡਾਂ ਦੀਆਂ ਸੱਥਾਂ ਵਿੱਚ ਇਹ ਗੱਲਾਂ ਨਹੀਂ ਕਰਦੇ, ਚੁਟਕਲੇ ਸੁਣਾਉਂਦੇ ਨੇ ਅਤੇ ਲੋਕਾਂ ਨਾਲ ਛੇੜਾਂ ਕਰਦੇ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਰਾਜਾ ਵੜਿੰਗ ਕਿਸੇ ਸਿਆਸੀ ਆਗੂ ਦੇ ਨਿਸ਼ਾਨੇ 'ਤੇ ਨੇ। ਇਸ ਤੋਂ ਪਹਿਲਾਂ ਵੀ ਉਹਨਾਂ ਦੇ ਬਿਆਨਾਂ ਦੇ ਕਾਰਨ ਉਹ ਕਈ ਆਗੂਆਂ ਦੇ ਨਿਸ਼ਾਨੇ 'ਤੇ ਰਹੇ ਨੇ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 92563।